ਲਓ ਜੀ ਗੱਲ ਕਰਨ ਲੱਗਿਆ ਉਹਨਾਂ ਵੇਲਿਆਂ ਦੇ ਪਿਆਰ ਦੀ ਜਦੋਂ ਸੰਗ ਇੰਨੀ ਜ਼ਿਆਦਾ ਸੀ ਕਿ ਬੰਦਾ ਆਪਣੀ ਘਰ ਵਾਲੀ ਤੋਂ ਵੀ 10 ਕਦਮਾਂ ਦੀ ਦੂਰੀ ਤੇ ਚੱਲਦਾ ਸੀ। ਵਿਆਹ ਤੋਂ ਪਹਿਲਾਂ ਮਿਲਣਾ ਤੇ ਦੂਰ ਦੀ ਗੱਲ, ਘੁੰਡ ਚੁੱਕਣ ਤੇ ਹੀ ਪਤਾ ਲੱਗਦਾ ਸੀ ਕਿ ਦੀਵੇ ਨੂੰ ਫੂਕ ਪਿਆਰ ਨਾਲ ਮਾਰਨੀ ਕਿ ਗੁੱਸੇ ਨਾਲ ਤੇ ਪਿਆਰ ਦਾ ਨਾਂ ਲੈਣ ਤੇ। ਉਹਨਾਂ ਵੇਲਿਆਂ 'ਚ ਮੈਂ ਅੰਗਰੇਜ਼ ਪਿਆਰ ਕਰਨ ਦਾ ਜੁਰਮ ਕਬੂਲ ਕਰਦਾ। ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀਆਂ, ਕਲੀਆਂ ਤੇ ਮਹਿੰਦੀ ਨਾ ਮੋਰ ਪਾਉਂਦੀ ਹੋਣੀਆਂ, ਮੇਰੀ ਚੜਕ ਜਨ ਜਾਣੀ ਯਾਰ ਨੇ ਖੋਲਿਆ ਪਿਆਰ ਦਾ ਬੂਹਾ। ਚੁੰਨੀ ਸਿਰੇ ਉੱਤੋਂ ਲੱਥਣ ਤੋਂ ਹੋਵੇ ਡਰਦੀ, ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ, ਚੁੰਨੀ ਸਿਰੇ ਉੱਤੋਂ ਲੱਥਣ ਤੋਂ ਹੋਵੇ ਡਰਦੀ, ਬੇਬੇ ਲੱਭਦੀ ਇਹਨੂੰ ਜਮਾ ਤੇਰੇ ਵਰਗੀ। ਹੁਣ ਇੱਕੋ ਸਾਡੀ ਮੰਗ ਸਾਨੂੰ ਆਦੀ ਹੈ ਪਸੰਦ ਵਿੱਚ, ਸੋਹਣੀਆਂ ਵਿੱਚੋਂ ਲਾਪਾ ਨੀ ਲੈਣਾ ਤੈਨੂੰ, ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ, ਫੈਮਿਲੀ ਦੀ ਮੈਂਬਰ ਬਣਾ ਨੀ ਲੈਣਾ ਤੈਨੂੰ, ਫੈਮਿਲੀ ਦੀ ਮੈਂਬਰ ਬਣਾ।
ਲੁਕ ਕੇ ਮਿਲਦਾ ਨਾ ਯਾ ਵੀ ਮੁਕਾ ਲੈਣਾ, ਵਿਆਹ ਹੀ ਕਰਾ ਲੈਣਾ ਮੈਂ। ਵਿਆਹ ਕਰਾ ਲੈ, ਵਿਆਹ ਤੋਂ ਬਾਅਦ ਬੰਦਾ ਸੁਧਰ ਵੀ ਜਾਂਦਾ, ਨਾਲੇ ਇਧਰ ਉਧਰ ਮੂੰਹ ਮਾਰਨ ਵਾਲ ਜਾਂਦਾ। ਉਹ ਮੈਂ ਇਸੇ ਨਾ ਕਰਾਉਣਾ ਕੰਮ ਚੁੱਲ੍ਹੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ, ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ। ਉਹ ਕੰਮ ਚੁੱਲ੍ਹੇ ਚੌਂਕੇ ਵਾਲਾ ਹੋਵੇ ਸਾਰਾ ਜਾਣਦੀ, ਹੋ ਬੇਬੇ ਬਾਪੂ ਦਾ ਵੀ ਹੋਵੇ ਰੱਖਦੀ ਧਿਆਨ ਜੀ। ਕਰੇ ਪੂਰਾ ਸਤਿਕਾਰ ਸਾਡਾ ਜਾਵੇ ਪਰਿਵਾਰ, ਖਾਓ ਜੱਟ ਵੀ ਨਾ ਤੇਰਾ ਵਸਾ ਨੀ ਲੈਣਾ ਤੈਨੂੰ। ਲੇਖਾ ਦਾ ਲੱਗ ਗਿਆ ਏ ਜੀ ਨਾ, ਲੇਖਾ ਦਾ ਲੱਗ।